ਹਲਕਾ ਮਲੋ ਦੇ ਵਿਧਾਇਕ ਰਣਦੀਪ ਸਿੰਘ ਨਾਭਾ ਦੇ ਵੱਲੋਂ ਮੰਡੀ ਗੋਬਿੰਦਗੜ੍ਹ 'ਚ ਨਗਰ ਕੌਂਸਲ ਦੇ ਅਧਿਕਾਰੀਆਂ ਦੇ ਨਾਲ ਇੱਕ ਮੀਟਿੰਗ ਕੀਤੀ ਗਈ, ਜਿਸ 'ਚ ਵਿਧਾਇਕ ਦੇ ਵੱਲੋਂ ਲੋਕਾਂ ਦੀਆਂ ਸ਼ਿਕਾਇਤਾਂ ਸੁਣ ਸ਼ਿਕਾਇਤਾਂ ਦੇ ਨਿਪਟਾਰੇ ਲਈ ਹਦਾਇਤਾਂ ਵੀ ਦਿੱਤੀਆਂ ਗਈਆਂ। ਇਸ ਮੀਟਿੰਗ ਦੇ ਦੌਰਾਨ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਰਹੇ, ਜਿਸ ਤੋਂ ਬਾਅਦ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਵਿਧਾਇਕ ਰਣਦੀਪ ਸਿੰਘ ਨਾਭਾ ਨੇ ਕਿਹਾ ਕਿ ਸ਼ਹਿਰ ਦੇ ਵਿਕਾਸ ਦੇ ਲਈ ਉਹਨਾਂ ਵੱਲੋਂ ਲਗਾਤਾਰ ਕੰਮ ਕੀਤਾ ਜਾ ਰਿਹਾ ਤੇ ਨਜਾਇਜ਼ ਕਬਜ਼ੇ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਅੱਜ ਸ਼ਹਿਰ ਵਾਲੋ ਕੀ ਹਰ ਜੈਸੇ ਹਰ ਹਫਤੇ ਹਮ ਬੈਠਤੇ ਹੈ ਕਿ ਸ਼ਹਿਰ ਵਾਲੋ ਕੀ ਨਗਰ ਕੌਂਸਲ ਕੇ ਤਹਿਤ ਪ੍ਰਧਾਨ ਜੀ ਕੇ ਸਾਥ ਔਰ ਸਾਰੇ ਹੀ ਕੌਂਸਲਰ ਸਾਹਿਬਾਨ ਕੇ ਜੋ ਸਮੱਸਿਆ ਹੈ ਹਮ ਕੋਸ਼ਿਸ਼ ਕਰ ਰਹੇ ਹੈ ਕਿ ਉਨਕਾ ਉਪਾਅ ਕੀਆ ਜਾਏ ਤਾਂ ਕਿ ਲੋਗੋ ਕੋ ਜੋ ਸਹੂਲਤ ਹੈ ਨਗਰ ਕੌਂਸਲ ਕੇ ਅਧੀਨ ਉਹ ਦੀ ਜਾਏ ਔਰ ਗਾਹਾਂ ਕੋ ਜੋ ਸਰਕਾਰ ਕੇ ਤਹਿਤ ਵੀ ਹਮਾਰਾ ਵਾਅਦਾ ਹੈ ਕਿ ਹਮਾਰੀ ਸਰਕਾਰ ਘਰ ਘਰ ਤੱਕ ਪਹੁੰਚੇਗੀ ਤਾਂ ਕਿ ਲੋਗੋ ਕੇ ਜੋ ਸੰਵਿਧਾਨ ਤਹਿਤ ਹਮ ਉਨਕੋ ਸਹੂਲਤ ਦੇ ਸਕਤੇ ਹੈ ਉਹ ਦੇ ਰਾਹਤ ਦੇ ਔਰ ਉਹ ਹਮ ਕਾਰਜ ਕਰਨੇ ਕੀ ਕੋਸ਼ਿਸ਼ ਕਰ ਰਹੇ ਹੈ। ਨਹੀਂ ਨਗਰ ਕੌਂਸਲ ਦਾ ਅੱਜ ਵੀ ਰੇੜੀਆਂ ਦੀ ਇਨਕਰੋਚਮੈਂਟ ਦਾ ਮਸਲਾ ਸਾਡੇ ਸਾਹਮਣੇ ਆਇਆ ਔਰ ਬਕਾਇਦਾ ਅਸੀਂ ਫੈਸਲਾ ਲਿੱਤਾ ਕਿ ਉਹਨਾਂ ਨੇ ਅਸੀਂ ਚਲਾਨ ਕੱਟਾਂਗੇ ਔਰ ਸਖ਼ਤ ਕਾਰਵਾਈ ਕਰਾਂਗੇ ਕਿਉਂਕਿ ਜਿਹੜੀ ਸਾਡਾ ਫਰਜ਼ ਹੈ ਕਿ ਸ਼ਹਿਰ ਨੂੰ ਸਹੂਲਤ ਦੇਣਾ ਔਰ ਜਿਹੜੇ ਲੋਕ ਸ਼ਹਿਰ 'ਚ ਵਿਘਨ ਪਾਉਣਗੇ ਉਹਨਾਂ 'ਤੇ ਕਾਨੂੰਨੀ ਕਾਰਵਾਈ, ਕਾਨੂੰਨ ਮੇਰੇ ਲਈ ਵੀ ਉਹੀ ਹੈ ਉਹਨਾਂ ਲਈ ਵੀ ਉਹੀ ਹੈ, ਸੋ ਬਕਾਇਦਾ ਉਹਨਾਂ ਨੂੰ ਇਸ ਕਾਨੂੰਨ ਦਾ ਸਾਹਮਣਾ ਕਰਨਾ ਪੈਣਾ। ਫਤਿਹਗੜ੍ਹ ਸਾਹਿਬ ਤੋਂ ਸੰਜੇ ਸੈਣੀ, ਦੈਨਿਕ ਸੁਰਾ ਟੀਵੀ। ਪੰਜਾਬ ਦੇ 4 ਵਿਧਾਨ ਸਭਾ ਹਲਕਿਆਂ ਤੇ ਹੋਣ ਜਾ ਰਹੀਆਂ ਜ਼ਿਮਨੀ ਚੋਣਾਂ ਦੀ ਹਰ ਅਪਡੇਟ ਜਾਣਨ ਲਈ ਦੇਖੋ ਹਰ ਰੋਜ਼ ਸ਼ਾਮ 4 ਵਜੇ ਸਿਆਸੀ ਝਾਰਨਾ।